ਆਪ ਸਭ ਨੂੰ ਨਮਸਕਾਰ। ਵਿਗਿਆਨ ਖੁਸ਼ੀ ਦੀ ਜਮਾਤ 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਆਪਾਂ ਅੱਠਵੀਂ ਜਮਾਤ ਦੇ 10 ਪਾਠ ਬਾਰੇ ਗੱਲ ਕਰਾਂਗੇ। ਇਹਦੇ ਬਾਰੇ ਸੈਨਾ ਬਾਰੇ ਅਸੀਂ ਪੜ੍ਹ ਚੁੱਕੇ ਹਾਂ ਕਿ ਸਾਰੇ ਜੀਵ ਸੈਨਾ ਤੋਂ ਬਣੇ ਹੁੰਦੇ ਹਨ। ਇਹ ਸੈਲ ਇਸ ਤਰ੍ਹਾਂ ਦੇ ਹੁੰਦੇ ਹਨ। ਸੈਲਾਂ ਦੀ ਬਣਤਰ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਸੈੱਲ ਕੀ ਹੈ। ਜੀਵਾਂ ਦੀ ਰਚਨਾਤਮਕ ਮੁੱਢਲੀ ਇਕਾਈ ਨੂੰ ਸੈੱਲ ਕਿਹਾ ਜਾਂਦਾ ਹੈ। ਹਰੇਕ ਜੀਵ ਸੈੱਲਾਂ ਤੋਂ ਮਿਲ ਕੇ ਬਣਿਆ ਹੈ। ਵੱਖ ਵੱਖ ਜੀਵਾਂ ਦੇ ਸੈੱਲਾਂ ਦੀ ਬਣਤਰ ਵੱਖ ਵੱਖ ਹੁੰਦੀ ਹੈ। ਕਈ ਜੀਵਾਂ ਜਿਵੇਂ ਕਿ ਇੱਕ ਸੈੱਲ ਜੀਵ ਅਮੀਬਾ ਹੈ, ਇਹਨਾਂ ਦੀ ਇਕਿੱਤੀ ਨਿਸ਼ਚਿਤ ਨਹੀਂ ਹੁੰਦੀ। ਇਸੇ ਤਰ੍ਹਾਂ ਬਹੁ ਸੈਲੀ ਜੀਵ ਮਨੁੱਖ ਵੀ ਹੁੰਦਾ ਹੈ। ਪਹਿਲਾਂ ਆਪਾਂ ਗੱਲ ਕਰਦੇ ਹਾਂ ਅਮੀਬਾ ਇੱਕ ਸੈਲੀ ਜੀਵ ਹੈ। ਅਮੀਬਾ ਦੇ ਸੈੱਲ ਦੀ ਬਣਤਰ ਤਾਂ ਤੁਹਾਡੇ ਸਾਹਮਣੇ ਫੋਟੋ 'ਚ ਬਣੀ ਹੈ। ਇਹਦੇ ਸਰੀਰ ਦੇ ਉੱਪਰ ਬਾਹਰ ਵੱਲ ਉਭਾਰ ਹੁੰਦੇ ਨੇ ਜਿਨ੍ਹਾਂ ਨੂੰ ਸੂਡੋਫੋਟੀਆ ਦਾ ਝੂਠੇ ਪੈਰ ਕਿਹਾ ਜਾਂਦਾ ਹੈ। ਇਹ ਆਪਣੀ ਬਣਤਰ ਜਿਹੜੀ ਜੰਗ ਕੀਤੀ ਇਹ ਲਗਾਤਾਰ ਬਦਲਦੇ ਰਹਿੰਦੇ। ਇਹਨਾਂ ਦੀ ਬਣਤਰ ਇੱਕ ਤਰ੍ਹਾਂ ਨਹੀਂ ਰਹਿੰਦੀ। ਇਸ ਤੋਂ ਬਾਅਦ ਬਹੁਤ ਸਾਰੀ ਜੀਵਾਂ ਦੇ ਜਿਹੜੇ ਸੈੱਲ ਹੈ ਉਹਨਾਂ ਦੀ ਬਣਤਰ ਉਹਨਾਂ ਦੇ ਕੰਮਾਂ ਅਨੁਸਾਰ ਹੁੰਦੀ ਹੈ। ਕੁਝ ਸੈੱਲ ਗੋਲ, ਚਪਟੇ, ਲੰਬੇ ਅਤੇ ਸਿਰਿਆਂ ਤੋਂ ਨਕੀਲੇ ਯਾਨੀ ਤਗੜਾ ਰੂਪੀ ਵੀ ਹੋ ਸਕਦੇ ਹਨ। ਜਿਵੇਂ ਅਸੀਂ ਗੱਲ ਕਰਦੇ ਹਾਂ ਮਨੁੱਖ ਦੇ ਲਹੂ ਸੈੱਲ ਉਹ ਗੋਲ ਹੁੰਦੇ ਹਨ। ਇਹ ਲਹੂ ਸੈੱਲ ਦੀ ਇਕਿੱਤੀ ਹੈ। ਮਨੁੱਖ ਦੇ ਲਹੂ ਸੈੱਲ ਗੋਲ ਹੁੰਦੇ ਹਨ। ਇਸੇ ਤਰ੍ਹਾਂ ਮਨੁੱਖ ਦੇ ਵਿੱਚ ਏਸ਼ੀ ਸੈੱਲ ਨੇ ਉਹ ਸਿਰਿਆਂ ਤੋਂ ਨਕੀਲੇ ਹੁੰਦੇ ਆ ਅਤੇ ਵਿਚਕਾਰੋਂ ਮੋਟੇ ਹੁੰਦੇ ਆ। ਇਸ ਤਰ੍ਹਾਂ ਦੀ ਇਕਿੱਤੀ ਨੂੰ ਅਸੀਂ ਤਕੜਾ ਰੂਪੀ ਕਹਿ ਦਿੰਦੇ ਹਾਂ। ਅਤੇ ਤਕੜਾ ਰੂਪੀ ਇਕਿੱਤੀ ਦੀ ਜਿਹੜੀ ਹੈ ਇਸ ਤਰ੍ਹਾਂ ਏਸ਼ੀ ਸੈੱਲ ਹੋ ਸਕਦੇ ਨੇ। ਇਹ ਤਕੜਾ ਰੂਪੀ ਇਹਨਾਂ ਨੂੰ ਕਿਹਾ ਜਾਂਦਾ। ਇਸ ਤਰ੍ਹਾਂ ਵੱਖ ਵੱਖ ਜੀਵਾਂ ਦੇ ਵਿੱਚ ਜਿਹੜੇ ਸੈੱਲਾਂ ਦੀ ਇਕਿੱਤੀ ਵੱਖ ਵੱਖ ਹੁੰਦੀ ਹੈ। ਸੈੱਲਾਂ ਦਾ ਆਕਾਰ ਵੱਡਾ ਵੀ ਹੋ ਸਕਦਾ ਹੈ ਅਤੇ ਛੋਟਾ ਵੀ ਹੋ ਸਕਦਾ ਹੈ।